ਇਹ ਹਾਲ ਚਾਲ ਆ ਗਏ ਬੈਸਟ ਫਰੈਂਡਸ ਦੀ ਯਾਰੀ ਦੇ ਨਾਲ ਸਨੇਹਾ ਤੇ ਸਾਹਿਬ ਬੈਸਟ ਫਰੈਂਡਸ ਬੈਸਟ ਫਰੈਂਡਸ ਯੈਸ ਟਰ ਕੀ ਟਾਈਮ ਨਾਲ ਹੀ ਆ ਕੇ ਬਹਿ ਜਾਂਦੇ ਆਓ ਚੱਲੀਏ ਕੀ ਉਹਨਾਂ ਨੂੰ ਘੁਰੀ ਜਾਂਦਾ ਆ ਓਏ ਉਹ ਜੋਦਾਂ ਮੈਂ ਆ ਕੇ ਖੜਾ ਵਾਂ ਇੱਥੇ ਉਦੋਂ ਤੇ ਮੇਰੇ ਵੱਲ ਵੇਖ ਕੇ ਭੌਂਕੀ ਜਾਂਦੇ ਆ ਭੌਂਕੀ ਜਾਂਦੇ ਆ ਤੇਰੀ ਬਾਟੀ ਚੱਕੂਗਾ ਤਾਂ ਫਿਰ ਉਹਨਾਂ ਨੇ ਭੌਂਕਣਾ ਹੀ ਨਾ ਉਹਨਾਂ ਨੇ ਛੱਡਣਾ ਥੋੜੀ ਆ ਅਗਲੇ ਤਾਂ ਆਪਦੀ ਬਾਟੀ ਮੰਗਦੇ ਪਏ ਆ ਭੌਂਕਣਾ ਹੀ ਆ ਉਹਨਾਂ ਦੇ ਕਾਲਜ ਪਾਣੀ ਚੋਂ ਪੀਂਦੇ ਆ ਤੂੰ ਪੀ ਨਾ ਉਹੀ ਗੱਲ ਵੈਸੇ ਇਹ ਕੁੱਲ ਹੈ ਜੇ ਕੁੱਲ ਹੈ ਬੱਠਲ ਨੂੰ ਤਾਂ ਇਹ ਖੂਹ ਆਖਦੀ ਹੋਊਗੀ ਕੌਲਾ ਅੰਨੀ ਨੇ ਪਤਾ ਹੀ ਨਹੀਂ ਕੀ ਹੁੰਦਾ ਪਾਣੀ ਕੀ ਇਹਨੇ ਸਭ ਕੁਛ ਡੋਹ ਛੱਡਿਆ ਹੋਏਗਾ ਕਿਉਂ ਨਹੀਂ ਹੋਏਗਾ ਇਹ ਤਾਂ ਮੀਨ ਹੈ ਤੁਹਾਡੀ ਥੈਂਕ ਯੂ ਸੋ ਮਚ ਨਹੀਂ ਨਹੀਂ ਇਹਨਾਂ ਨੇ ਬੇੜਾ ਕਰ ਕਰ ਦੇਣਾ ਇਹ ਐਵੇਂ ਵਿਚੋਲਾ ਬਣਿਆ ਹੋਇਆ ਮੈਂ ਵੇਖਿਆ ਵੈਸੇ ਜਾਂ ਕੇਕ ਕੱਟਣ ਜੋਗਾ ਜਾਂ ਏਅਰਪੋਰਟ ਤੇ ਛੱਡਣ ਜੋਗੇ ਰਹਿ ਜੂਗਾ ਆਖਰ ਟਾਈਮ ਤੇ ਵਟੀਨਾ ਕੁਛ ਨਹੀਂ ਵੈਲਕਮ ਬੈਕ ਟੂ ਚੈਨਲ ਹੋਕੇ ਸਾਰੇ ਨੇ ਘੈਂਟ ਹੋ ਗਏ ਅਤੇ ਅੱਜ ਤੋਂ ਫਿਰ ਲੈ ਕੇ ਆਪਾਂ ਨਵਾਂ ਵਲੋਗ ਅੱਜ ਅਸੀਂ ਆਏ ਹਾਂ ਅੱਜ ਅਸੀਂ ਜਾਣਾ ਵਾ ਹਜੇ ਸੱਚ ਜਲੰਧਰ ਤੁਹਾਨੂੰ ਥੰਬਨੇਲ ਤੋਂ ਵੇਖ ਕੇ ਪਤਾ ਲੱਗ ਗਿਆ ਹੁਣ ਐਕਚੁਅਲੀ ਦੇਣਾ ਸਨੇਹਾ ਨੂੰ ਆਪਾਂ ਸਰਪ੍ਰਾਈਜ਼ ਉਹਦੀ 100K ਕੰਪਲੀਟ ਹੋਇਆ ਵਾ ਯੂਟਿਊਬ ਦਾ ਥੈਂਕ ਯੂ ਸਾਰਿਆਂ ਦਾ ਤੁਸੀਂ ਸਪੋਰਟ ਕੀਤਾ ਬਹੁਤ ਉਹ ਤਾਂ ਹੋਇਆ ਥੈਂਕਸ ਹੀ ਕਰੀ ਜਾਂਦਾ ਦਾਲ 'ਚ ਕੁਛ ਕਾਲਾ ਨਹੀਂ ਦਾਲ ਹੀ ਕਾਲੀ ਹੈ ਸਪੋਰਟ ਕੀਤਾ ਬਹੁਤ ਮਿਹਨਤ ਵੀ ਕੀਤੀ ਆ ਉਹਨੇ ਹੁਣ ਆਪਾਂ ਚੱਲਦੇ ਹਾਂ ਜਲੰਧਰ ਨੂੰ ਪਹਿਲਾਂ ਆਪਾਂ ਕਰੀਏ ਗੱਡੀ ਵਾਸ਼ ਗੱਡੀ ਦਾ ਬਹੁਤ ਬੁਰਾ ਹਾਲ ਬਾਹਰੋਂ ਮੈਂ ਤੁਹਾਨੂੰ ਉਤਰ ਕੇ ਵਿਖਾਊਂਗਾ ਹਾਂਜੀ ਸੋ ਆਪਾਂ ਪਹੁੰਚ ਚੁੱਕੇ ਹਾਂ ਜਲੰਧਰ ਜਲੰਧਰ ਦੇ ਵਿੱਚ ਅਤੇ ਆਪਣਾ ਮੇਨ ਰੀਜ਼ਨ ਅਸਾਂ ਕੀ ਸੀ ਗੱਡੀ ਧਵਾਉਣ ਦਾ ਇਹ ਕਿ ਆਪਾਂ ਕਰਾਉਣੀ ਸੀ ਇੱਥੇ ਡੈਕੋਰੇਸ਼ਨ ਪਰ ਮੈਂ ਪਿੱਛੇ ਟਰੈਕਿੰਗ ਤੋਂ ਨਹੀਂ ਭੁੱਲ ਗਿਆ ਹੁਣ ਡੈਕੋਰੇਸ਼ਨ ਵੀ ਤੇਰੀ ਕਾਰ 'ਚ ਹੋਊਗੀ ਵਾਹ ਜੀ ਵਾਹ ਮੈਂ ਕਹਿੰਦਾ ਦਾਲ ਹੀ ਪਾਉਣਾ ਨਾਲ ਖਾਈਏ ਨਾਲ ਓਏ ਕਾਲੀ ਦਾਲ ਹੀ ਨਾ ਆ ਹਾਂ ਮਜ਼ਾ ਹੀ ਆ ਜੂਗਾ ਭੁੱਲ ਗਿਆ ਇਹ ਬਾਬਾ ਗੰਦਾ ਹੋਇਆ ਵਾ ਤਾਂ ਚਲੋ ਕੋਈ ਗੱਲ ਨਹੀਂ ਆਪਾਂ ਕਵਰ ਕਰ ਦਾਂਗੇ ਅਤੇ ਠਾਕਰ ਸਾਹਿਬ ਵੀ ਆਪਣੇ ਨਾਲ ਠਾਕਰ ਅੰਦਰ ਨੂੰ ਤੂੰ ਕੀ ਵੇਖਣ ਲਿਆ ਵਾ ਹੈ ਤੂੰ ਕੀ ਵੇਖ ਕੁੜੀਆਂ ਵੇਖੀ ਜਾਂਦਾ ਉਹ ਬਖਸ਼ਦਾ ਨੀ ਕਿਸੇ ਨੂੰ ਸਾਫ ਸਾਫ ਪਤਾ ਲੱਗੀ ਜਾਂਦਾ ਬਸ ਜਦੋਂ ਦੀ ਏਂਜਲ ਗਈ ਹੈ ਢਿੱਲਾ ਜੇ ਚੱਲੀ ਜਾਂਦਾ ਜਿਵੇਂ ਇਹਦੇ ਸੈਲਰੀ ਕੱਢ ਕੇ ਲੈ ਗਈ ਹੁੰਦੀ ਹੈ ਉਮਰ ਨੀ ਕਦੋਂ ਜਾਊਗਾ ਫਾਈਲ ਲੱਗ ਗਈ ਐਸੇ ਤੇ ਹੈਗਾ ਇਹ ਕਾਹੇ ਉਹ ਨਹੀਂ ਭਰਾਵਾ ਉਹ ਜਿਹੜੇ ਕਾਗਜ਼ ਫਿਰ ਕੁੜੀ ਵੱਲ ਵੇਖੀ ਜਾਂਦਾ ਬਖਸ਼ਦਾ ਨੀ ਕਿਸੇ ਨੂੰ ਜੇ ਹੀ ਫੜਿਆ ਗਿਆ ਤਾਂ ਏਂਜਲ ਏਂਜਲ ਨੂੰ ਆਖੂਗਾ ਮੇਰੀ ਤੇ ਤੇਰੀ ਅੱਖਾਂ ਚੋਂ ਇੰਨੀ ਨਿਗਰ ਨਿਕਲਦੀ ਮੈਂ ਕਿਸੇ ਕੁੜੀ ਵੱਲ ਹੋਰ ਕਿਵੇਂ ਵੇਖ ਲਾਂ ਹਾਂ ਆਇਆ ਆਇਆ ਕੰਮ ਕਰਾਉਣ ਦਿਆ ਡੈਕੋਰੇਸ਼ਨ ਹੋ ਗਈ ਹੈ ਸ਼ੁਰੂ ਇਹ ਜ਼ਿਆਦਾ ਮੈਂ ਹੀ ਪਾੜ ਦੇਣੇ ਮੇਰੇ ਹਿਸਾਬ ਨਾਲ ਕੁਝ ਹੋਰ ਨਾ ਪੜਾ ਲਈ ਦੁਬਾਰਾ ਹੀ ਪਾੜ ਸਕਦਾ ਵੈਸੇ ਠਾਰ ਕੀ ਆ ਆਲ ਕੋਈ ਗੱਲ ਨਹੀਂ ਹਾਂਜੀ ਕੁੜੀ ਨੂੰ ਥੋੜ੍ਹਾ ਖੁਸ਼ ਕਰਾਂਗੇ ਐਕਚੁਅਲੀ ਨਾ ਕੁੜੀ ਜਿਹੜੀ ਥੋੜ੍ਹੀ ਅਰਦਾਸ ਉਦਾਸ ਰਹਿੰਦੀ ਹੈ ਅਸਨੂੰ ਬੜਾ ਮੈਂ ਤਾਂ ਕਦੇ ਸਾਈਡ ਵੇਖੀ ਨਹੀਂ ਸਾਲੀ ਜਦੋਂ ਇਕੱਲੀ ਸੀ ਉਦੋਂ ਜਦੋਂ ਇਕੱਲੀ ਤੇ ਦੋ ਹੋਏ ਉਦੋਂ ਵੀ ਨਹੀਂ ਜਦੋਂ ਦੋ ਤੋਂ ਬਾਅਦ ਇਕੱਲੀ ਹੋ ਗਈ ਉਦੋਂ ਵੀ ਸਾਈਡ ਨਹੀਂ ਹੋਈ ਉਹ ਤਾਂ ਤੈਨੂੰ ਬੜਾ ਸਦਮਾ ਲੱਗਿਆ ਕੀ ਚੱਕਰ ਹੈ
ਬੁਰਾ ਲੱਗਦਾ ਹੈ ਭਾਈ, ਆਪ ਲੋਕ ਵੀ ਜਾਣਦੇ ਹੋ। ਆਪਣਾ ਫਰਜ਼ ਬਣਦਾ ਅਸੀਂ ਭੈਣ ਕਹਿੰਦੇ ਹਾਂ ਤੇ ਭਰਾਵਾਂ ਦਾ ਫਰਜ਼ ਉਹਨੂੰ ਖੁਸ਼ ਕਰਨਾ। ਕੀ ਅਸੀਂ ਭੈਣ ਕਹਿੰਦੇ ਹਾਂ ਤੇ ਭਰਾਵਾਂ ਕੀ ਕਿਹਾ? ਅਸੀਂ ਭੈਣ ਕਹਿੰਦੇ ਹਾਂ ਤੇ ਭਰਾਵਾਂ ਦਾ ਫਰਜ਼ ਉਹਨੂੰ ਖੁਸ਼ ਕਰਨਾ। ਹੈ ਆ ਕੀ ਬੋਲੀ ਜਾਂਦਾ, ਝੂਠ ਬੋਲੀ ਜਾਂਦਾ, ਝੂਠ ਬੋਲ ਰਿਹਾ। ਡੱਬਾ ਵੀ ਲਿਆ ਬੰਬਾ ਦਾ, ਆਵੇ ਸਮਾਨ ਡਿੱਗੀ ਚੋਂ ਨਿਕਲੇ, ਇਹਨੂੰ ਪਤਾ ਹੀ ਆ ਫਿਰ ਮੈਂ ਸਾਰੇ ਤਾਮੇ ਜਾਮੇ ਇੱਧਰ ਆਦਾ ਹੁੰਦਾ। ਉਹਨੇ ਵਾ ਪੁਰਾਣੇ ਲਾਤੇ ਜਾ ਵੇ। ਕੀ ਲਾਤੇ? ਪੁਰਾਣੇ ਪੁਰਾਣੇ ਭਰਾਵਾ ਮੈਨੂੰ ਪਤਾ ਹੀ ਨਹੀਂ, ਮੇਰੀ ਡਿੱਗੀ 'ਚ ਕੱਪੜੇ ਵੀ ਪਏ ਹੋਏ। ਆਹੋ ਲੱਗਦਾ ਤੇਰੀ ਡਿੱਗੀ ਗੰਦੀ ਆ। ਉਹ ਡਿੱਗੀ ਚੱਲ ਹੈ ਗੰਦੀ, ਮੈਂ ਮੰਨਦਾ ਹਾਂ। ਉਹ ਵਿਛਾ ਦਿੰਦੇ ਉਹਨਾਂ ਨੇ ਪੈਟਰਲ, ਟੈਨਸ਼ਨ ਨਾ ਲੈ ਤੂੰ, ਘਬਰਾਉਣਾ ਨਹੀਂ। ਸਾਰੀਆਂ ਰਿਸ਼ਤੇਦਾਰੀਆਂ ਹੈ ਕੀ ਨਵੀਆਂ, ਕਦੇ ਸਾਲਾ ਕਦੇ ਫਰੈਂਡ ਕਦੇ ਭਰਾ ਕਦੇ ਭੈਣ, ਚੱਲੀ ਕੀ ਜਾਂਦਾ ਯਾਰ। ਭੈਣ ਚੋ ਸਾਰੇ ਮਿਲ ਕੇ ਹਮਕੋ ਪਾਗਲ ਬਣਾ ਰਹੇ ਮੁੱਤ ਕੇ ਬੱਚੇ, ਇਹਦਾ ਲੋਕ ਹੀ ਲੱਗਦਾ ਐ ਕਰਕੇ। ਡਰ ਗਿਆ ਡਰ ਗਿਆ ਡਰ ਗਿਆ ਹੁਣ ਨੀ ਜਾਂਦਾ। ਜੀਰੋ ਦੀ ਥਾਂ ਉਹ ਲਾਤਾ, ਫਿਰ ਇਹ ਟੀ ਦੀ ਥਾਂ ਟੀ ਨੂੰ ਕੱਟ ਕੇ ਆਈ ਬਣਾਤਾ। ਆਈ ਨੀ ਸੀ, ਆਈ ਏਦਾਂ ਸੀ, ਆਈ ਏਦਾਂ ਸੀ, ਠੀਕ ਆ ਇੱਥੇ ਆਈ ਲਾਤਾ ਆਪਾਂ ਸੌ ਬਣਾਤਾ। ਹੈ ਆਪਣੇ ਚ ਕਲਾਕਾਰੀ, ਦਿਮਾਗ ਆਪਣੇ ਚੱਲ ਜਾਂਦੇ ਕਿਸੇ ਗਏ ਟਾਈਮ ਤੇ। ਹੁਣ ਇੱਕ ਆਪਾਂ ਬਣਾਉਣਾ ਗੁਬਾਰਿਆਂ ਦਾ, ਉਹ ਉੱਡਣ ਵਾਲਾ ਉਹ ਬਣਾਉਂਦੇ ਪਏ ਆ, ਉਹ ਲੱਗਣਾ। ਇੱਕ ਬੁੱਕੇ ਰੱਖ ਦਾਂਗੇ ਤੇ ਇੱਥੇ ਕੇਕ ਰੱਖ ਦਾਂਗੇ, ਕੇਕ ਵੀ ਚੱਕਣ ਵਾਲੇ ਯਾਰ ਜਾ ਕੇ। ਉਹ ਦਿੱਤਾ ਬੰਦੇ? ਆਹੋ ਕੇਕ ਵੀ ਚੱਕਣਾ ਬੰਨਾ ਦਿੱਤਾ ਸੀ, ਸੁੱਤਾ ਗਿਆ। ਫੋਟੋਆਂ ਵੀ ਲੱਗ ਗਈਆਂ ਮੈਡਮ ਦੀਆਂ। ਸੋਨੇ ਘੁੰਮੀ ਜਾਂਦੀਆਂ ਫੋਟੋਆਂ ਉਹਦੀਆਂ, ਚੂੜੀਆਂ ਨੀ ਲਵਾਈ ਜਾਂਦਾ ਉਹ ਭਰਾਵਾ। ਸੋ ਕੇ ਮਨਾ ਚੱਲੇ ਆ ਜਾਂ ਐਨਵਰਸਰੀ, ਬਸ ਲੱਛਣ ਲੱਗ ਨੀ ਰਹੇ ਭੈਣ ਭਰਾਵਾਂ ਵਾਲੇ। ਲੱਗ ਗਈਆਂ, ਹੁਣ ਕੀ ਕਰਨਾ ਰਹਿ ਗਿਆ? ਗੁਬਾਰੇ ਪੈ ਰਹੇ ਹੋਰ, ਜਦੋਂ ਪੂਰੀ ਕੰਪਲੀਟ ਹੁੰਦੀ ਆ ਤੁਹਾਨੂੰ ਫਿਰ ਵਿਖਾਉਂਦੇ ਹਾਂ, ਠੀਕ ਆ? ਅਸੀਂ ਤਾਂ ਭੁੱਲਦੇ ਰਹਿਣਾ ਪੈਣਾ। ਸੋ ਆਪਣਾ ਆਲਮੋਸਟ ਡਨ ਹੋ ਚੁੱਕਾ ਵਾ, ਅਤੇ ਬਸ ਇੱਕ ਇੱਥੇ ਦੋ ਕੁ ਹਾਰਟ ਸ਼ੇਪ ਦੇ ਬਲੂਨ ਆਉਣੇ ਆ। ਇਹ ਹਾਰਟ ਸ਼ੇਪ ਨਹੀਂ, ਟੁੱਟੇ ਹਾਰਟ ਸ਼ੇਪ ਵਾਲੇ ਦਿਲ ਰੱਖ। ਮੈਂ ਕਹਿੰਦਾ ਜਿਸ ਹਿਸਾਬ ਦੇ ਹਾਲਾਤ ਚੱਲਦੇ ਮੈਂ ਕਹਿੰਦਾ ਟੱਕਰਾਂ ਮਾਰਦੇ ਰਹਿ ਜੂੰਗਾ, ਬੰਨਾ ਕੁਛ ਨਹੀਂ। ਮਿਹਨਤ ਤਾਂ ਕਾਫੀ ਚੱਲ ਰਹੀ ਹੈ ਵੈਸੇ। ਆਉਣੇ ਆ ਇਹ ਉੱਡਣ ਵਾਲੇ ਬਲੂਨ ਆ, ਇਹ ਆਪਾਂ ਰੱਖਾਂਗੇ ਬਾਹਰ ਕੱਢ ਕੇ। ਉੱਤੇ ਆਊਗਾ ਕੇਕ, ਬੁੱਕੇ ਆਪਣਾ ਆ ਗਿਆ ਵਾ, ਬਾਕੀ ਆਲ ਡਨ ਸਾਰਾ ਕੁਛ, ਬਾਕੀ ਹੁਣ ਵੇਖਦੇ ਆ ਉੱਥੇ ਜਾ ਕੇ ਉਹਦੇ ਰਿਐਕਸ਼ਨ। ਅੱਛਾ ਤਿਆਰੀਆਂ ਤਾਂ ਚੱਲ ਰਹੀਆਂ ਜਿਵੇਂ ਸੋ ਕੇ ਨੇ, 10 ਮਿਲੀਅਨ ਹੋ ਗਏ ਹੁੰਦੇ ਆ। ਮੈਂ ਕਹਿੰਦਾ ਟੈਂਟ ਵੀ ਲਵਾ ਲੈਂਦਾ,
ਬਾਨੇ ਆ ਸਭ ਮਿਲਣ ਦੇ, ਸੋ ਕੇ ਤਾਂ ਐਵੇਂ ਆ ਬਸ, ਇਹ ਮਾਨੀ ਥੋੜ੍ਹਾ ਜਿਹੜਾ ਰੋਜ਼ ਮੂੰਹ ਚੱਕ ਕੇ ਤੁਰਜੂ ਘਰੇ, ਨਹੀਂ 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 ਬਾਨਾ ਤਾਂ ਚਾਹੀਦਾ ਨਾ ਕੋਈ। ਹੁਣ ਆਪਾਂ ਚੱਲੇ ਹਾਂ ਸੁਨੇਹਾ ਵੱਲ ਤੇ ਇਹ ਸਰ ਨੂੰ ਵੀ ਨਾਲ ਹੀ ਚੱਕੀ ਰੱਖਦੇ ਆ ਉਹ ਭਰਾਵਾ, ਛੱਡ ਦਿਓ ਇਹਨੂੰ, ਜੇ ਆਪਦੇ ਵਿਜੇ ਲਵਾ ਲਿਆ ਬਾਕੀਆਂ ਨੂੰ ਫੂਸਲਾਂ ਦਾ ਨਾਂ ਦਵਾਓ, ਉਹਨੂੰ ਵੀ ਨਾਲ ਹੀ ਲੈ ਜਾਣਗੇ, ਚੱਲ ਚੱਲੀਏ। ਵੈਸੇ ਕਮਾਲ ਦੀ ਗੱਲ ਹੈ, ਘੜੋਲੀ ਚੱਲੀ ਆ ਮੂਹਰੇ ਮੂਹਰੇ ਵਿੱਚ ਚੱਲਾ ਲਾੜਾ। ਇਹ ਸਰਪ੍ਰਾਈਜ਼ ਹੈ, ਸੁਨੇਹਾ ਦੇ ਹੋ ਗਏ ਨੇ ਸੌ ਕੇ, ਇਹ ਉਹਨੂੰ ਸਰਪ੍ਰਾਈਜ਼ ਦੇਣ ਜਾ ਰਿਹਾ। ਅੱਛਾ ਸੋ ਕੇ ਕਿੱਥੇ ਹੋਏ ਆ? ਮੈਨੂੰ ਨਹੀਂ ਪਤਾ ਕਿੱਥੇ ਹੋਏ ਆ, ਕਿਆ ਮੈਨੂੰ ਪਤਾ, ਸਾਨੂੰ ਪਤਾ ਨਹੀਂ ਹੋਣਾ, ਨਹੀਂ ਹੋਏ ਮੈਨੂੰ ਇੰਨਾ ਪਤਾ, ਪਹਿਲਾਂ ਦੇ ਹੋਏ ਹੋਏ ਆ। ਹਾਂ ਤੇ ਫਿਰ ਸਨੈਪੀ ਤੇ, ਯੂਟਿਊਬ ਤੇ, ਯੂਟਿਊਬ ਓ ਸੌਰੀ ਯੂਟਿਊਬ ਤੇ, ਸਨੈਪੀ ਤੇ ਇਹ ਡੈਕੋਰੇਸ਼ਨ ਵੀ ਕਰਾ ਕੇ ਲੈ ਆਇਆ ਬਈ। ਹਾਂ ਹੁਣ ਖੋਲਣਾ ਤੇ ਬਾਹਰ ਆਏ ਨੇ ਸਮਾਨ ਸਾਰਾ। ਦੋਨੋਂ ਭਰਾ ਅੰਮ੍ਰਿਤਸਰ ਤੋਂ ਆਏ ਨੇ ਆਪਣੀ ਭੈਣ ਸੁਨੇਹਾ ਨੂੰ ਮਿਲਣ ਲਈ। ਹਾਂ ਆਪਣੀ ਭੈਣ ਸੁਨੇਹਾ ਨੂੰ ਮਿਲਣ ਲਈ। ਗੱਲ ਕੀ ਰਿਹਾ, ਸਮਝ ਨਹੀਂ ਆਉਂਦੀ ਸਾਲੇ ਭੈਣ ਭਰਾ ਕਿਉਂ ਖੇਡੀ ਜਾਂਦੇ ਆ? ਉਹ ਤਾਂ ਉਹ ਹਿਸਾਬ ਹੈ ਵੀ ਕਹਿ ਕੇ ਇੱਧਰ ਦਾ ਤੇ ਇੱਧਰ ਨੂੰ ਮੁੜ ਜਾਣਗੇ, ਪਤਾ ਮੈਨੂੰ ਚਲਾਕੀਆਂ ਦਾ ਪਰ ਕੀ ਆ ਮਿਲਣ ਲਈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਚੱਲੀਏ ਹੁਣੇ, ਮੈਨੂੰ ਲੱਗਦਾ ਨਹੀਂ ਨਹੀਂ ਏਦਾਂ ਹੀ ਆ, ਪਹਿਲਾਂ ਤੂੰ ਤਾਂ ਤੈਨੂੰ ਸੂਹ ਕਿੰਨੇ ਦਿੱਤੇ ਬਾਹਰ ਆਉਂਦੀ, ਹੋਰ ਟੇਕ ਕੇ ਘਰੇ ਨੀ ਬੈਠਾ ਜਾਂਦਾ, ਵਾਕਈ ਹੋਈ ਹੋਈ ਆ। ਵੈਸੇ ਆ ਕੁੜੀਆਂ ਵਾਲੇ ਕੰਮ ਆ, ਮੈਨੂੰ ਲੱਗਦਾ ਗੁਲਾਬ ਜਾਮਣ ਹਲੇ ਵੀ ਚੂਸ ਕੇ ਖਾਂਦੀ ਹੋਣੀ ਆ, ਤਾਂ ਹੀ ਇਹੋ ਜਿਹੇ ਲੱਛਣ ਖਿਲਾਰੀ ਜਾਂਦੀ ਆ। ਵਾਸਤ ਹੈ ਨੀ ਇਹਨੂੰ, ਜਿੱਥੋਂ ਮਿਲਣਾ ਸੀ ਪਿਆਰ ਉੱਥੋਂ ਤਾਂ ਮਿਲਿਆ ਨੀ, ਫਿਰ ਆਸੇ ਪਾਸੇ ਪਿਆਰ ਚਾਹੀਦਾ ਨਾ। ਵੈਸੇ ਕਮਾਲ ਦੀ ਗੱਲ ਹੈ, ਕਿੰਨਾ ਦਿਮਾਗ ਲਾ ਕੇ ਵੀਡੀਓ ਕ੍ਰੀਏਟ ਕੀਤੀ ਵੀ ਸੌ ਕੇ ਹੋ ਕੇ ਜਾ ਕੇ ਸਰਪ੍ਰਾਈਜ਼ ਦੇਵਾਂਗੇ, ਵੀਡੀਓ ਵੀ ਬਣਾਈ, ਉਹਨੂੰ ਵੀ ਲਿਆ, ਵੀਡੀਓ ਚ ਸਾਰਾ ਕੁਝ ਕੀਤਾ, ਥੰਬਨੇਲ ਵੀ ਉਹਦੀ ਫੋਟੋ ਹੀ ਲਾਤੀ, ਸਰਪ੍ਰਾਈਜ਼ ਵੀ ਦੇਤਾ ਉਹਨੂੰ, ਫਿਰ ਵੀ ਵਿਊਜ਼ ਨਹੀਂ ਆਏ। ਐਡੀ ਟੱਟੀ ਕਿਸਮਤ ਮੈਂ ਕਿਸੇ ਦੀ ਨਹੀਂ ਵੇਖੀ। ਪਾਣੀ ਕੀ ਇਹਨੇ ਸਭ ਕੁਛ ਡੋ ਛੱਡਿਆ, ਲੜਕੀ ਨੀ ਵਾਜਦਾ ਦੇਖੀ, ਆਪਾਂ ਚਾਹ ਨਾਲ ਮਿਲ ਕੇ ਸੋਹਣਾ ਸਰਪ੍ਰਾਈਜ਼ ਕੀਤਾ, ਬੜਾ ਮੂਰਖ ਲੜਕੀ ਬਾਹਰ ਹੀ ਆ ਗਈ। ਸਰਪ੍ਰਾਈਜ਼ ਸੀ, ਆਪ ਘਰ ਹੁਣ ਆਏ ਤੇ ਕਹਿੰਦੇ ਤੁਸੀਂ ਕਿਉਂ, ਕਹਿੰਦੇ ਕਿੰਨੇ ਦੇ ਫੋਲੋਅਰ ਹੈ, ਮੈਂ ਕਿਹਾ ਯਾਰ ਮੈਨੂੰ ਪਤਾ
ਸਰ ਨੂੰ ਪੁੱਛਿਆ ਚਲ ਕੇਕ ਤੇ ਲੈ ਕੇ ਕਾਹਦੇ ਵਾਸਤੇ ਭਲਾ ਕਿੱਥੇ ਕਿੱਥੇ ਸੋ ਕੇ ਓਹਦੇ ਕਹਿੰਦੇ ਪਤਾ ਨਹੀਂ ਦੂਜੇ ਪਾਸੇ ਸਨੈਪ ਤੇ ਸਨੈਪੀ ਨੋਟ ਸਨੈਪ ਇੰਨੀ ਪਾਪੂਲਰ ਲੜਕੀ ਦਾ ਮੈਂ ਘੁੰਮਦਾ ਮੈਨੂੰ ਤਾਂ ਅੱਜ ਪਤਾ ਚੱਲਿਆ ਕਿੰਨੇ ਪਾਪੜ ਮਿਲਦਾ ਵਿਚਾਰਾ ਪਰ ਫਿਰ ਵੀ ਛੱਡ ਯਾਰ ਭੈਣ ਭਰਾ ਰੱਖੜੀਆਂ ਤੇ ਨਹੀਂ ਦੱਸਦੇ ਪਤਾ ਨਹੀਂ ਕਿੱਥੇ ਚੱਲ ਜਾਂਦੇ ਆ ਲਓ ਪਟਾਕਾ ਚਲਾਓ ਚਲੋ ਚੱਲਿਆ ਨਹੀਂ ਸਰਪ੍ਰਾਈਜ਼ ਵੀਜ਼ਿਆਂ ਦੇ ਨਾਂ ਤੇ ਖੁੱਲ੍ਹ ਕੇ ਦਿੰਦਾ ਪਹਿਲਾਂ ਰਿਫਿਊਜ਼ਲਾਂ ਦੱਸ ਕੇ ਫਿਰ ਹਾਂ ਆ ਗਿਆ ਵੀਜ਼ਾ ਇਹਦੇ ਚੱਲ ਪੈਂਦੇ ਪਰ ਲੋਕਾਂ ਦੇ ਮਿੱਟੀ ਕਰੀ ਜਾਂਦਾ ਹੈ ਕਾਲੀ ਜਮਾਨ ਤਾਂ ਹੀ ਤਾਂ ਚੱਲਿਆ ਨਹੀਂ ਕੋਈ ਤਾਂ ਕਾਰਨ ਹੋਏਗਾ ਚਲੋ ਕੇਕ ਕੱਟੋ 100 ਕੇ ਫੋਲੋਅਰ ਕਿਆ ਤੁਹਾਡਾ ਮੇਨਾ ਪਿਆਰ ਹੈ ਕੋਈ ਤਾਂ ਕਾਰਨ ਹੋਏਗਾ ਆਹੀ ਕਾਰਨ ਹੁੰਦਾ ਵੈਰੀ ਗੁੱਡ ਚਲੋ ਵੈਰੀ ਗੁੱਡ ਰੁਕੋ ਕਲੈਪਿੰਗ ਕਰਨੀ ਹਲੇ ਦੇਖ ਲਾ ਟੁੰਨੇ ਨੇ ਇੰਨਾ ਜ਼ੋਰ ਤਾਂ ਕਦੇ ਟੁੰਨੇ ਨੇ ਏਂਜਲ ਦੇ ਬੜੇ ਤੇ ਲਾਇਆ ਜਿੰਨਾ ਇਹਦੇ ਆਸੇ ਪਾਸੇ ਜਲੰਧਰ ਆ ਕੇ ਲਾਈ ਜਾਂਦਾ ਸਮਝ ਨੀ ਆਉਂਦੀ ਇੰਨਾ ਰੋਲਾ ਪਾਈ ਜਾਂਦੇ ਗਲੇ ਮਹੱਲੇ ਚ ਕੋਈ ਬਾਹਰ ਨੀ ਨਿਕਲਦਾ ਤੇ ਸਾਡੇ ਬੂਹ ਚ ਖੜੇ ਹੋਣੇ ਸੀ ਮੈਂ ਗਾਂ ਤੋੜ ਦੇਣੇ ਸੀ ਜਾਓ ਯਾਰ ਉੱਥੇ ਜਾ ਗੰਦ ਪਾਓ ਚੱਲ ਓਏ ਪੈਣਾ ਹੁੰਦਾ ਬੰਦੇ ਨੇ ਇੱਥੇ ਜਦ ਗਾਂ ਜਾ ਕੇ ਕੇਕ ਕੱਟੋ ਖਾਈ ਉਹ ਜਾਂਦਾ ਤੇ ਮੂੰਹ ਦੇ ਕਿੱਧਰ ਖੁੱਲੀ ਜਾਂਦਾ ਚੱਲ ਕੋਈ ਗੱਲ ਨੀ ਟੈਨਸ਼ਨ ਨਾ ਲਿਆ ਕਰ ਸਾਰਿਆਂ ਨਾਲ ਹੀ ਹੁੰਦੀਆਂ ਅਜਿਹਾ ਪਿਆਰੀ ਵਾਲਾ ਆਇਆ ਲੈਣਾ ਬਣਾਈਏ ਮੇਨ ਆ ਤੁਹਾਡੇ ਥੈਂਕ ਯੂ ਸੋ ਮਚ ਨਹੀਂ ਨਹੀਂ ਇਹਨਾਂ ਨੇ ਬੇੜਾ ਕਰ ਕਰ ਦੇਣਾ ਦੀਦੀ ਨੇ ਅੱਜ ਐਕਸਪੈਰੀਮੈਂਟ ਹੀ ਕਰਨਾ ਸੀ ਮੈਂ ਅੱਜ ਤਾਂ ਹੀ ਕੀਤਾ ਮੈਂ ਰਹਿ ਗਿਆ ਅਜਾ ਪਤਾ ਨਹੀਂ ਜ਼ਿੰਦਗੀ 'ਚ ਚੱਲ ਕੀ ਰਿਹਾ ਇਹਨਾਂ ਦਾ ਦੀਦੀ ਵੀਰਾ ਦੀਦੀ ਵੀਰਾ ਖੇਡੀ ਜਾਂਦੇ ਆ ਕੀ ਬਾਤ ਹੈ ਲਵੀ ਇਹਨੂੰ ਵੀ ਖਵਾਓ ਇਹਨੂੰ ਵੀ ਥੋੜਾ ਕੇਕ ਖਵਾਓ ਲਵੀ ਕੇਕ ਖਾਏਗੀ ਕੇਕ ਖਾਓ ਆਪੀ ਤੇ ਇੱਕ ਸਬਸਕ੍ਰਾਈਬਰ ਹੈ ਸਬਸਕ੍ਰਾਈਬਰ ਕੇਕ ਤੋਂ ਖਾ ਲਓ ਬੋਲੀ 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 ਮਾਣਾ ਕੇ ਚਾਹਦੇ ਕਿ ਬॉयਸ ਆ ਕੀ ਚੱਲ ਰਿਹਾ ਥੱਲੇ ਹੋ ਕੇ ਤਾਂ ਐਂ ਦੇਖ ਲਈ ਜਿਵੇਂ ਰੈਂਗਲਰ ਚ ਕੇਕ ਕੱਟਿਆ ਹੁੰਦਾ ਥੱਲੇ ਵੇਖਾ ਸਸਪੈਂਸ਼ਨ ਕਿਹੜਾ ਪਾਇਆ ਨਰੁੱਲਾ ਕੱਪੜ ਵਾਲਾ ਇਹ ਦੂਜਾ ਓਏ ਸਾਡਾ ਓਏ ਆ ਚੀਜ਼ ਤੇ ਰਹਿ ਗਈ ਆ ਓਏ ਰੁਕੋ ਲਓ ਜੀ ਵਾਓ ਬੈਗ ਦੇ ਦੋ ਉਹ ਦੀਦੀ ਬੈਗ ਇੱਥੇ ਕੋਈ ਹੋਵੇ ਚਲੋ ਬੈਗ ਦੇ ਇੱਥੇ ਪਰਪੋਜ਼ ਹੁੰਦਾ ਹਾਂ ਇਹਦਾ ਇਹ ਹੁਣ ਭੈਣ ਭਰਾ ਆਖੋਗੇ ਇਹਦਾ ਵੀ ਪਤਾ ਕੋਈ ਨਹੀਂ ਸੀ ਫੀਲਿੰਗ ਵਾਕਈ ਸੀ ਜਾਂ ਫਿਰ ਯੂਟਿਊਬ ਵਾਲਾ ਮਸਾਲਾ ਹੀ ਪਾਉਣਾ ਸੀ ਇਕੱਲਾ ਪਿੱਛੋਂ ਹੀ ਲੱਗ ਗਿਆ ਬੋਲਣ ਐ ਨਹੀਂ ਹੋ ਸਕਦਾ ਇਹ ਕੀ ਉਹਨੂੰ ਵੀ ਪਤਾ ਕਿ ਮੈਂ ਦੀਦੀ ਵੀਰਾ ਪਹਿਲਾਂ ਤਾਂ ਬੋਲਿਆ ਕਿ ਮੇਰੇ ਮੇਰੀ ਗੱਲ ਤੇ ਕੁੱਚਾ ਵੱਜੂਗਾ ਬਖਸ਼ਦੇ ਨਹੀਂ ਕਿਸੇ ਨੂੰ ਅੱਧੇ ਨੇ ਜਿਹੜਾ ਇਹ ਬੈਠੇ ਆ ਬੈਗ ਇਹ ਤੇ ਕੋਈ ਹੋਵੇ ਚਲੋ
ਜਿਹੜਾ ਸਾਹਮਣੇ ਉਹਨਾਂ ਦੀ ਬਣਨ ਨਹੀਂ ਦੇਣੀ, ਇੱਕ ਨੂੰ ਬਾਹਰ ਭੇਜ ਦਿੰਦੇ, ਇੱਕ ਨੂੰ ਇੱਥੇ ਟੰਗ ਦਿੰਦੇ ਆ, ਐਵੇਂ ਵੀ ਨਹੀਂ ਕਰ ਸਕਦੇ। ਪਿਆਰ ਬਹੁਤ ਕਰਦਾ ਖੜੀ ਵੀ ਬਣਾ ਸਾਬਿਤ ਤਾਂ ਕਰੋ ਭੈਣ ਭਾਈਓ, ਕੰਮ ਤਾਂ ਵੈਸੇ ਬੈਸਟ ਫਰੈਂਡਾਂ ਤੋਂ ਵੱਧ ਕਰੀ ਜਾਂਦਾ। ਠਰ ਕੀ ਆ ਸੋਰੀ, ਮੈਂ ਜੱਟਾ ਹੀ ਕਰਨਾ, ਭਰਾ ਹੀ ਆਏ, ਚੱਲ ਚੰਗਾ ਓਕੇ। ਸੋ ਕੈਸਾ ਲੱਗਾ ਆਪਕੋ, ਠੀਕ ਲੱਗਾ? ਬਹੁਤ 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 ਜ਼ਿਆਦਾ ਸੋਹਣਾ ਸਰਪ੍ਰਾਈਜ਼, ਪਹਿਲੀ ਗੱਲ ਤਾਂ ਥੈਂਕ ਯੂ ਸੋ ਮੱਚ, ਤੇ ਥੈਂਕ ਯੂ ਸਰਪ੍ਰਾਈਜ਼ ਦਿੰਦੇ ਰਹੋ, ਇਹਦੇ ਮੈਨੂੰ ਗਿਫਟ ਗੁਫਟ ਦਿੰਦੇ ਰਹੋ। ਗਿਫਟ ਤਾਂ ਦਿੱਤਾ ਨਹੀਂ, ਕਮਾਲ ਦੀ ਗੱਲ ਹੈ ਵੈਸੇ, ਗਿਆ ਵੀ, ਡੈਕੋਰੇਸ਼ਨ ਵੀ ਕਰਾਈ, ਕੇਕ ਵੀ ਕਟਾਇਆ, ਬਾਅਦ ਚੋਂ ਘੁੰਮ ਫਿਰ ਕੇ ਸ਼ਾਮ ਨੂੰ ਕਰਿਆ ਕਿ ਹਲੇ ਵਲੌਗ ਵੀ ਐਡਿਟ ਕਰੂਗਾ, ਜੇ ਵਲੌਗ ਐਡਿਟ ਕਰਨ ਤੋਂ ਬਾਅਦ ਅਪਲੋਡ ਕਰਕੇ ਸਾਰੀ ਫੁਟੇਜ ਉਹਦੀ ਖਾ ਕੇ ਥੰਬਨੇਲ ਵੀ ਉਦੋਂ ਲਾ ਕੇ, ਵਿਊ ਫਿਰ ਵੀ ਨਹੀਂ ਆਏ, ਇਹੋ ਜੀ ਮਾੜੀ ਕਿਸਮਤ ਆਏ, ਹਾਏ ਹਾਏ ਹਾਏ, ਟੂ ਮੱਚ। ਕੱਲ ਤੋਂ ਮੈਂ ਡਾਇਟਿੰਗ ਸ਼ੁਰੂ ਕੀਤੀ, ਡਿਨਰ 'ਚ ਇੱਕ ਰੋਟੀ ਘੱਟ ਖਾਧੀ, ਫਿਰ ਰਾਤ ਨੂੰ ਉੱਠ ਕੇ ਤਿੰਨ ਖਾਣੀਆਂ ਪਈਆਂ, ਫਿਰ ਜਾ ਕੇ ਨੀਂਦ ਆਈ ਹੈ। ਔਖਾ ਸਮਝ ਨਹੀਂ ਆਉਂਦੀ, ਸੁਨੇਹਾ ਕਿ ਊਠ ਸਿੱਧਾ ਹੀ ਅੰਦਰ ਸਿੱਟੀ ਜਾਂਦੀ ਹੈ, ਕੀ ਗੱਲ, ਦੰਦ ਹੈ ਨਹੀਂ ਗੇ। ਟੁੰਨਾ ਵੀ ਵੈਸੇ ਖੁਸ਼ ਹੈ ਹੁਣ, ਟੁੰਨੇ ਨੂੰ ਆਏ ਹੁੰਦਾ ਨਾ ਯਾਰ ਕਿੱਥੇ ਜਾਣਾ, ਮੈਂ ਇੰਜਨ ਨਾਲ ਹੀ ਚੱਕਣੀ ਪੈਂਦੀ ਹੈ ਵਲੋਗਾਂ ਚੱਕਰਾਂ 'ਚ, ਵਧੀਆ ਉੱਥੇ ਬੈਠੀ ਆਪਦੇ ਵਲੋਗ ਬਣਾਈ ਜਾਂਦੀ ਹੈ, ਪੈਸੇ ਤਾਂ ਅਕਾਊਂਟ 'ਚ ਉਦੋਂ ਵੀ ਵੱਧ ਹੀ ਡਿੱਗਣ ਲੱਗ ਗਏ ਹੁਣ ਤਾਂ, ਹਾਂ ਬਖਸ਼ਦਾ ਨਹੀਂ ਕਿਸੇ ਨੂੰ। ਸ਼ੇਪ ਤੇਰੇ ਲੱਕ ਦੀ, ਮਾਂ ਤੇਰੀ ਅੱਖ ਦੀ, ਜਿਵੇਂ ਮੈਨੂੰ ਸ਼ੇਪ ਤਾਂ ਹੈ ਵੈਸੇ, ਜਵਾਕ ਬਣ ਕੇ ਆਈ ਸੀ ਜ਼ਿੰਦਗੀ 'ਚ, ਮਾਡਲ ਬਣ ਕੇ ਇਕੱਲੀ ਹੋ ਗਈ, ਵੈਬ ਸੀਰੀਜ਼ਾਂ ਕਰਨ ਲੱਗ ਗਈ, ਕਰਦੇ ਨੇ ਖੁੱਲਾ ਛੱਡਿਆ ਹੋਵੇ, ਜਵਾਕ ਪੱਕਾ ਹੀ ਵਿਗੜਦਾ, ਸਾਡੇ ਵਰਗਿਆਂ ਦੇ ਗੱਲ ਕਰਦੇ ਨੇ, ਪਹਿਲਾਂ ਟੰਬੇ ਪੈਂਦੇ, ਜੇ ਨਾ ਸੂਤ ਆਵੇ ਫਿਰ ਫੱਟੀਆਂ, ਨੰਗਾ ਕਰਕੇ ਤਿੱਤਲਾਂ ਤੇ। ਜਦੋਂ ਫੋਲੋਵਰ ਵਧਣ ਲੱਗ ਜਾਂਦੇ ਉਦੋਂ ਕੱਪੜੇ ਕਿਉਂ ਕੱਟਣ ਲੱਗ ਜਾਂਦੇ ਆ, ਫਿਰ ਰੱਖਦੇ ਬੋਡੀ ਸ਼ੇਮਿੰਗ, ਜਦੋਂ ਬੋਡੀ ਦਿਸੂਗੀ ਤਾਂ ਛੇਮ ਛੇਮ ਤਾਂ ਹੋਊਗੀ ਨਾ, ਬੋਡੀ ਛੇਮਿੰਗ ਸਾਲੇ, ਇੱਕ ਤਾਂ ਆਈਲੈਟਸ ਕਰਨ ਕਿੱਥੋਂ ਚੱਲ ਜਾਂਦੇ, ਇਹਨਾਂ ਨੂੰ ਕੌਣ ਸਿਖਾਉਂਦਾ ਵਰਡ ਇਹ। ਤੈਨੂੰ ਕਿੱਡੀ ਕੁ ਪਰਫਾਰਮੈਂਸ ਦੇਣ ਦੀ ਪਈ ਸੀ ਲੋੜ, ਕੀ ਸਾਹਮਣੇ ਤੇਰੀ ਗੀਤਾ ਮਾਂ ਬੈਠੀ ਸੀ, ਕੀ ਯਾਰ, ਐਡੀ ਸਿਟੀ ਕਦੇ ਐਂਜਲ ਵਾਰੀ ਤੇ ਨਿਕਲੀ ਨੀ, ਇੰਨਾ ਵਾਰੀ ਬੜੀਆਂ ਨਿਕਲਦੀਆਂ, ਟੁੰਨਾ ਵੀ ਟੁੰਨੇ ਦਾ ਟੁੰਨਾ ਹੋਇਆ ਪਿਆ, ਦੂਰ ਕਰ ਦੇਵੀ ਨਾ, ਮਰ ਜਾਵਾਂਗੇ ਸਜਣਾ, ਮਰੀ ਤਾਂ ਹੈ ਨਹੀਂ ਹਜੇ ਤੱਕ, ਸੋ ਕੇ ਅੱਡ ਹੋ ਗਏ, ਕੀ ਯਾਰ, ਭਗਵਾਨ। ਅੱਜ ਦੇ ਲਈ ਇਹਨਾਂ ਯਾਰ, ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ, ਬਾਕੀ ਦਾਲਾਂ ਖਾਣੀਆਂ ਬੰਦ ਕਰੋ, ਮੈਂ ਕਹਿੰਦਾ ਛੋਲੇ ਤੇ ਪਨੀਰ ਖਾਇਆ ਕਰੋ, ਕਾਲੀ ਦਾਲ ਧਰ ਲੈਂਦੇ ਆ ਬਾਅਦ ਚੋਂ, ਫਿਰ ਕਹਿਣਗੇ ਸਵਾਦ ਨਹੀਂ ਲੱਗਦੀ, ਸਬਸਕ੍ਰਾਈਬ ਕਰਕੇ ਜਾਇਓ ਯਾਰ ਚੈਨਲ, ਬਾਏ।
ਸਬਸਕ੍ਰਾਈਬ ਨਹੀਂ ਕਰਦੇ ਨਾ ਤੁਸੀਂ ਤਾਂ ਹੀ ਤੁਹਾਡੀ ਦਾਲ ਨਹੀਂ ਗਲਦੀ. It was praying I fall, but all I did was just ball.